ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾਸ ਦਾ ਜੱਥਾ ਗੁਰਦੁਆਰਾ ਪੁਸ਼ਕਰ ਦਰਬਾਰ ਦੇ ਦਰਸ਼ਨ ਕਰਨ ਜਾ ਰਿਹਾ ਹੈ। ਗੁਰਦੁਆਰਾ ਪੁਸ਼ਕਰ ਦਰਬਾਰ ਸਟੇਟ ਰਾਜਸਥਾਨ ਵਿੱਚ ਅਜਮੇਰ ਦੇ ਨੇੜੇ ਪੁਸ਼ਕਰ ਵਿਖੇ ਪੈਂਦਾ ਹੈ। ਅਜਮੇਰ ਤੋਂ ਪੁਸ਼ਕਰ ਤਕਰੀਬਨ 13 ਕਿਲੋਮੀਟਰ ਹੈ ਅਤੇ ਰਸਤਾ ਪਹਾੜੀ ਹੋਣ ਕਰਕੇ ਨਜ਼ਾਰਾ ਬਹੁਤ ਹੀ ਵਧੀਆ ਲੱਗਦਾ ਹੈ। ਆਸ ਪਾਸ ਦੀਆਂ ਬਿਲਡਿੰਗਾਂ ਛੋਟੀਆਂ ਹੋਣ ਕਰਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤਕਰੀਬਨ 1.5 ਕਿਲੋਮੀਟਰ ਪਹਿਲਾਂ ਹੀ ਹੋਣ ਲੱਗ ਪੈਂਦੇ ਨੇ। ਧੰਨ ਹੈ ਪੁਸ਼ਕਰ ਦੀ ਇਹ ਧਰਤੀ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਅਸੀਂ ਦਰਸ਼ਨ ਕਰਨ ਪਹੁੰਚੇ ਹਾਂ ਗੁਰਦੁਆਰਾ ਪੁਸ਼ਕਰ ਦਰਬਾਰ ਪੁਸ਼ਕਰ ਰਾਜਸਥਾਨ ਵਿਖੇ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਇਹ ਇੱਕ ਇਤਿਹਾਸਿਕ ਸਥਾਨ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਹੈ। ਆਓ ਅਸੀਂ ਸਾਰੇ ਰਲ ਕੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਲੰਕਾ ਦਕਸ਼ਿਨ ਦੀ ਪ੍ਰਚਾਰ ਫੇਰੀ ਤੋਂ ਵਾਪਸ ਆਉਂਦੇ ਹੋਏ ਅਜਮੇਰ ਤੋਂ ਹੋ ਕੇ ਪੁਸ਼ਕਰ ਦੀ ਧਰਤੀ ਤੇ 1511 ਈਸਵੀ ਨੂੰ ਆਏ ਅਤੇ ਇੱਥੇ ਰਿਸ਼ੀ ਮੁਨੀਆਂ ਨਾਲ ਗਿਆਨ ਗੋਸ਼ਟੀਆਂ ਕੀਤੀਆਂ ਤੇ ਸੰਗਤ ਨੂੰ ਸੱਚ ਦਾ ਉਪਦੇਸ਼ ਦਿੱਤਾ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ 1707 ਈਸਵੀ ਵਿੱਚ ਚਰਨ ਪਾਏ। ਗੁਰੂ ਜੀ ਜਦੋਂ ਪੰਜਾਬ ਤੋਂ ਦਕਸ਼ਿਨ ਵੱਲ ਜਾ ਰਹੇ ਸਨ ਤਾਂ ਇਸ ਸਥਾਨ ਤੇ ਸਤਿਗੁਰੂ ਜੀ ਨੇ ਪੜਾਅ ਕੀਤਾ। ਕਵੀ ਭਾਈ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪੁਸ਼ਕਰ ਰਾਜ ਸਰੋਵਰ ਦੇ ਕਿਨਾਰੇ ਜਿੱਥੇ ਗੁਰੂ ਨਾਨਕ ਦੇਵ ਜੀ ਵਿਰਾਜੇ ਸੀ, ਉਸੀ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਤੇ ਆਪਣੇ ਸਿੰਘਾਂ ਨੂੰ ਸ਼ਿਵਰ ਲਗਾਉਣ ਲਈ ਕਿਹਾ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਨਾਲ ਨੇ ਜਗੀਰ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਪੁਸ਼ਕਰ ਦੇ ਹੈੱਡ ਗ੍ਰੰਥੀ ਨੇ, ਜੋ ਕਿ ਸਾਨੂੰ ਪਤਾ ਇੱਕ ਇਤਿਹਾਸਿਕ ਸਥਾਨ ਹੈ। ਆਪ ਜੀ ਨੂੰ ਇੱਥੇ ਦੇ ਇਤਿਹਾਸ ਦੇ ਬਾਰੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਜਗ੍ਹਾ ਪੁਸ਼ਕਰ ਰਾਜ ਡਿਸਟ੍ਰਿਕਟ ਅਜਮੇਰ ਰਾਜਸਥਾਨ ਵਿੱਚ ਪੈਂਦੀ ਹੈ।
ਇਤਿਹਾਸਕ ਜਗ੍ਹਾ ਇਸ ਜਗ੍ਹਾ 'ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਚੌਥੀ ਦਸਵੀਂ ਵੇਲੇ 1511 ਈਸਵੀ ਵਿੱਚ ਇਸ ਜਗ੍ਹਾ 'ਤੇ ਆਏ ਸਨ। ਸੋ ਉਹਨਾਂ ਦਾ ਮਿਸ਼ਨ ਸੀ ਕਿ ਕਰਮਕਾਂਡਾਂ ਨੂੰ ਦੂਰ ਕਰਨਾ, ਵਹਿਮਾਂ ਭਰਮਾਂ ਨੂੰ ਦੂਰ ਕਰਨਾ। ਇਹ ਪੁਸ਼ਕਰ ਰਾਜ ਜਿਹੜਾ ਹਿੰਦੂਆਂ ਦਾ ਠਾਠਾਂ ਤੀਰਥਾਂ ਦਾ ਤੀਰਥ ਹੈ, ਜਿਸ ਤਰ੍ਹਾਂ ਹਰਿਦੁਆਰ, ਕੁਰਕਸ਼ੇਤਰ, ਇਹ ਵੀ ਹਿੰਦੂਆਂ ਦਾ ਤੀਰਥ ਹੈ ਪੁਸ਼ਕਰ ਰਾਜ। ਸੋ ਗੁਰੂ ਨਾਨਕ ਜੀ ਵੀ ਹਿੰਦੂਆਂ ਤੀਰਥ, ਜਿੱਥੇ ਵੀ ਹਿੰਦੂਆਂ ਤੀਰਥ ਸਨ ਉੱਥੇ ਜ਼ਰੂਰ ਗਏ, ਅਤੇ ਉਹਨਾਂ ਨੇ ਸਾਚਾ ਦੰਗ ਦੇ ਦਿੱਤਾ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਨਵੀਂ ਬਿਲਡਿੰਗ ਦੀ ਉਸਾਰੀ ਸਾਲ 2005-2006 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਲੱਖਾ ਸਿੰਘ ਜੀ ਸਰਹਾਲੀ ਵਾਲੇ ਅਤੇ ਬਾਬਾ ਬਲਵਿੰਦਰ ਸਿੰਘ ਜੀ ਕੋਟਾ ਵਾਲਿਆਂ ਵੱਲੋਂ ਕੀਤੀ ਗਈ ਹੈ। ਗੁਰੂ ਕਾ ਲੰਗਰ ਛੱਕ ਕੇ ਅਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਤਨ ਅਤੇ ਮਨ ਦੋਵੇਂ ਤ੍ਰਿਪਤ ਹੋ ਗਏ। ਜੇ ਆਪ ਜੀ ਨੂੰ ਕਦੀ ਇਸ ਪਾਸੇ ਆਉਣ ਦਾ ਮੌਕਾ ਮਿਲੇ ਤਾਂ ਗੁਰਦੁਆਰਾ ਪੁਸ਼ਕਰ ਦਰਬਾਰ ਦੇ ਦਰਸ਼ਨ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।